ਕਾਰਨ ਪਤਾ ਲੱਗਾ ਕਿਵੇਂ ਲੱਗੀ ਅੱਗ ਸਰ ਕੀ ਨਾਮ ਆ ਤੁਹਾਡਾ? ਤੇ ਜਿਹੜੀ ਵੀਕੇ ਭਗਤ, ਮੇਰੀ ਪੋਸਟ ਹੈਗੀ ਐਸ ਐਫ ਓ ਸਫ਼ਰ ਅਫਸਰ ਜੀ। ਜਿਹੜੀ ਅੱਗ ਲੱਗੀ ਬੱਸ ਦੇ ਵਿੱਚ ਕਿੰਨੇ ਵਜੇ ਲੱਗੀ ਸੀ? ਕਿੱਥੇ ਲੱਗੀ? 10:32 ਮਿੰਟ ਸਾਨੂੰ ਕਾਲ ਆਈ ਹੈ ਤੇ ਕਿਸੇ ਨੇ ਕਾਲ ਦਿੱਤੀ ਸਾਨੂੰ, ਅਸੀਂ ਉਸੇ ਵੇਲੇ ਮੌਕੇ 'ਤੇ ਪਹੁੰਚੇ। ਉੱਥੇ ਜਾ ਕੇ ਦੇਖਿਆ ਵੀ ਅੱਗ ਬੱਸ ਜਿਹੜੀ ਨਾ ਪੂਰੀ ਜਲਣ ਰਹੀ ਸੀਗੀ। ਅਸੀਂ ਮੌਕੇ 'ਤੇ ਜਾ ਕੇ ਅਤੇ ਅੱਗ 'ਤੇ ਕਾਬੂ ਕੀਤਾ। ਅਤੇ ਇਹ ਹੈਗਾ ਜੀ ਲੰਮਾ ਪਿੰਡ ਚੌਂਕ ਸੈਲਾਨੀ ਮਾਤਾ ਮੰਦਿਰ ਦੇ ਲਾਗੇ ਖਾਲੀ ਪਲਾਟ ਸੀਗਾ, ਉੱਥੇ ਗੱਡੀ ਖੜੀ ਹੈ। ਕੋਈ ਸਵਾਰੀ ਦਾ ਨਹੀਂ ਸੀ ਕੁਛ? ਨਹੀਂ, ਸਵਾਰੀ ਤਾਂ ਆਪਾਂ ਨੂੰ ਕੋਈ ਨਜ਼ਰ ਨਹੀਂ ਆਈ ਉਸ ਵੇਲੇ। ਆਪਾਂ ਸਾਰਾ ਕੁਝ ਦੇਖਿਆ, ਸਾਰਾ ਚੈੱਕ ਕੀਤਾ ਉਹਨੂੰ। ਕਿੰਨੇ ਵਜੇ ਅੱਗ ਲੱਗੀ? ਇਹ 10:32 ਦੇ ਸਾਨੂੰ ਕਾਲ ਆਈ। ਅਤੇ ਜ਼ਿਆਦਾ ਨੁਕਸਾਨ ਹੋਇਆ? ਬੱਸ ਜਲ ਗਈ, ਉਹਨੂੰ ਸਾਨੂੰ ਨੁਕਸਾਨ ਦਾ ਨਹੀਂ, ਪਰ ਇਹ ਕੁਛ ਕਹਿ ਦੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਸਾਨੂੰ, ਅਤੇ ਨਾ ਹੀ ਉਹਦਾ ਨੁਕਸਾਨ ਦੇ ਬਾਰੇ ਪਤਾ। ਇਹ ਤਾਂ ਸਰਵੇ ਦੀ ਦੱਸ ਤਾਂ ਕਿੰਨਾ ਕੁ ਨੁਕਸਾਨ ਹੈ ਬੱਸ। ਪ੍ਰਾਈਵੇਟ ਬੱਸ? ਪ੍ਰਾਈਵੇਟ ਬੱਸ ਜੀ।